ਰੋਪੜ ਦੇ ਗੁਰਦੁਆਰਾ ਭੱਠਾ ਸਾਹਿਬ ਤੋਂ ਰੇਲਵੇ ਲਾਈਨ ਪਾਰ ਕਰਕੇ ਇਸ ਪਾਸੇ ਵੱਲ ਆਈਏ ਤਾਂ ਇਹ ਹੈ ਪਿੰਡ ਕੋਟਲਾ ਨਿਹੰਗ ਦਾ ਗੁਰੂ ਗੋਬਿੰਦ ਸਿੰਘ ਯਾਦਗਾਰੀ ਗੇਟ। ਆਪਾਂ ਜਾ ਰਹੇ ਹਾਂ ਜੀ ਪਿੰਡ ਕੋਟਲਾ ਨਿਹੰਗ ਦੇ ਵਿੱਚ ਸ਼ਮਸ਼ ਖਾਂ ਦੇ ਕਿਲ੍ਹੇ ਵੱਲ। 84 ਪਿੰਡਾਂ ਦਾ ਮਾਲਕ ਸੀ ਸ਼ਮਸ਼ ਖਾਂ, ਪਰ ਉਸਦੇ ਕੋਈ ਔਲਾਦ ਨਹੀਂ ਸੀ ਜੋ ਮਗਰੋਂ ਉਸਦੀ ਸਲਤਨਤ ਨੂੰ ਸਾਂਭੇ। ਗਵਾਲੀਅਰ ਦੇ ਕਿਲ੍ਹੇ 'ਚ 52 ਰਾਜਿਆਂ ਨੂੰ ਰਿਹਾ ਕਰਵਾ ਕੇ ਜਦੋਂ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਇਸ ਪਿੰਡ ਵਿੱਚ ਪੁੱਜੇ ਤਾਂ ਸ਼ਮਸ਼ ਖਾਂ ਨੇ ਆਪਣੀ ਹਵੇਲੀ ਵਿੱਚ ਉਹਨਾਂ ਦੀ ਬੜੀ ਸੇਵਾ ਕੀਤੀ। ਅਗਲੀ ਸਵੇਰ ਜਦੋਂ ਉਹ ਹਵੇਲੀ ਦੇ ਖੂਹ 'ਤੇ ਇਸ਼ਨਾਨ ਕਰਨ ਮਗਰੋਂ ਵਿਦਾ ਹੋਣ ਲੱਗੇ ਤਾਂ ਸ਼ਮਸ਼ ਖਾਂ ਨੇ ਪੁੱਤਰ ਦੀ ਦੱਤ ਲਈ ਉਹਨਾਂ ਅੱਗੇ ਝੋਲੀ ਅੱਡ ਲਈ। 2 ਪੁੱਤਰਾਂ ਦੀ ਦੱਤ ਮਿਲੀ। ਵੱਡੇ ਦੇ ਜਨਮ ਮਗਰੋਂ ਜਦੋਂ ਸ਼ਮਸ਼ ਖਾਂ ਪਰਿਵਾਰ ਸਮੇਤ ਬੱਚੇ ਨੂੰ ਲੈ ਕੇ ਕੀਰਤਪੁਰ ਸਾਹਿਬ ਪੁੱਜਾ ਤਾਂ ਗੁਰੂ ਜੀ ਨੇ ਬੱਚੇ ਦਾ ਨਾਂ ਨਿਹੰਗ ਖਾਂ ਰੱਖਿਆ, ਉਸਨੂੰ ਚੋਲਾ ਪਹਿਨਾਇਆ ਅਤੇ ਸ਼ਮਸ਼ ਖਾਂ ਨੂੰ ਇੱਕ ਸ਼੍ਰੀ ਸਾਹਿਬ ਪ੍ਰਦਾਨ ਕੀਤੀ। ਪਿੰਡ ਦਾ ਨਾਂ ਕੋਟ ਪਠਾਣ ਤੋਂ ਬਦਲ ਕੇ ਕੋਟਲਾ ਨਿਹੰਗ ਰੱਖਿਆ। ਹੁਣ ਇਹ ਕਿਲ੍ਹਾ ਜਾਂ ਹਵੇਲੀ ਦੋ ਹਿੱਸਿਆਂ ਵਿੱਚ ਹੈ। ਇਸ ਗੁਰੂ ਘਰ ਵਾਲੇ ਪਾਸੇ ਉਹ ਖੂਹ ਅੱਜ ਵੀ ਮੌਜੂਦ ਹੈ ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਸਮੇਤ ਇਸ਼ਨਾਨ ਕਰਕੇ ਗਏ ਸਨ। ਬਾਅਦ ਵਿੱਚ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਜਾਣ ਤੋਂ ਪਹਿਲਾਂ ਇੱਥੇ ਇਸ਼ਨਾਨ ਕੀਤਾ ਸੀ। ਬਹੁਤ ਸਨੇਹ ਸੀ ਗੁਰੂ ਘਰ ਨਾਲ ਨਿਹੰਗ ਖਾਂ ਦਾ। ਆਨੰਦਗੜ੍ਹ ਦਾ ਕਿਲ੍ਹਾ ਛੱਡਣ ਮਗਰੋਂ ਪਰਿਵਾਰ ਵਿਛੋੜੇ ਤੋਂ ਬਾਅਦ ਅਤੇ ਚਮਕੌਰ ਸਾਹਿਬ ਜਾਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਨੂੰ 4ੀ ਵਾਰ ਭਾਗ ਲਾਏ। ਇਸ ਵੇਲੇ ਉਹਨਾਂ ਦੇ ਨਾਲ ਮੁੱਠੀਪਰ ਸਿੰਘ ਅਤੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਵੀ ਸਨ। ਜਾਣ ਤੋਂ ਪਹਿਲਾਂ ਆਪਣੇ ਇੱਕ ਜ਼ਖਮੀ ਸਿੰਘ ਭਾਈ ਬਚਿੱਤਰ ਸਿੰਘ ਨੂੰ ਇਲਾਜ ਵਾਸਤੇ ਨਿਹੰਗ ਖਾਂ ਕੋਲ ਛੱਡ ਕੇ ਗਏ ਸਨ। ਭਾਈ ਬਚਿੱਤਰ ਸਿੰਘ ਅਤੇ ਨਿਹੰਗ ਖਾਂ ਦੀ ਸਿਦਕਵਾਨ ਬੇਟੀ ਬੀਬੀ ਮੁਮਤਾਜ਼ ਦੀ ਕਹਾਣੀ ਇਤਿਹਾਸ ਦਾ ਇੱਕ ਅਨੋਖਾ ਅਤੇ ਅਹਿਮ ਪੰਨਾ ਹੈ ਜਿਸ ਦੀ ਗਵਾਹੀ ਪੁਰਾਣੀ ਹਵੇਲੀ ਦੀਆਂ ਕੰਧਾਂ ਹਨ। ਪਰ ਉੱਧਰ ਜਾਣ ਤੋਂ ਪਹਿਲਾਂ ਇਹ ਦੱਸ ਦੇਈਏ ਕਿ ਇਸ ਖੂਹ ਦੇ ਲਾਗੇ ਹੀ ਭਾਈ ਬਚਿੱਤਰ ਸਿੰਘ ਦਾ ਅੰਗੀਠਾ ਹੈ ਅਤੇ ਇਹ ਗੁਰੂ ਘਰ ਉਹਨਾਂ ਦੀ ਯਾਦਗਾਰ ਹੈ। ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸ਼ਮਸ਼ ਖਾਂ ਦੀ ਹਵੇਲੀ ਦੇ ਵਿੱਚ, ਜਿੱਥੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, 7ਵੇਂ ਪਾਤਸ਼ਾਹ ਗੁਰੂ ਹਰ ਰਾਏ ਜੀ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ, 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ 2ਵੇਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਹੋਰਾਂ ਨੇ ਚਰਨ ਪਾਏ ਸਨ। ਆਓ ਚੱਲਦੇ ਹਾਂ ਆਪਾਂ ਇਸ ਹਵੇਲੀ ਦੇ ਅੰਦਰ, ਇਸ ਹਵੇਲੀ ਨੂੰ ਦੇਖ। ਦੱਸਿਆ ਜਾਂਦਾ ਕਿ ਇਸ ਹਵੇਲੀ ਦੇ ਵਾਰਸ 47 'ਚ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਚਲੇ ਗਏ ਸਨ ਅਤੇ ਪੁਰਾਤਨ ਹਵੇਲੀ ਦਾ ਕੋਈ ਹਿੱਸਾ ਹੀ ਹੁਣ ਇੱਥੇ ਬਚਿਆ ਹੈ। ਬਚਦੀ ਇਮਾਰਤ ਦੇ ਅੰਦਰਲੇ ਹਿੱਸੇ ਦੇ ਵੀ ਇੱਥੇ ਰਹਿਣ ਵਾਲੇ ਨੇ ਢਾ ਕੇ ਕਮਰੇ ਬਣਾ ਰਹੇ ਸਨ, ਪਰ ਇਹ ਹਿੱਸਾ ਦੇ ਸਾਹਮਣੇ ਉਹ ਹਿੱਸਾ ਜਿੱਥੇ ਜ਼ਖਮੀ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਸੰਭਾਲ ਹੋਈ ਸੀ, ਉਹੀ ਬਾਕੀ ਬਚੀ ਨਿਸ਼ਾਨੀ ਦੱਸੀ ਜਾਂਦੀ ਹੈ। ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਭਾਈ ਬਚਿੱਤਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਪਰਿਵਾਰ ਵਿਛੋੜੇ ਸਮੇਂ ਗੁਰੂ ਜੀ ਦੇ ਨਾਲ ਸਰਸਾ ਨਦੀ ਪਾਰ ਕਰਨ ਵਾਲੇ ਸਿੰਘਾਂ ਵਿੱਚ ਸ਼ਾਮਲ ਸਨ। ਮਲਕਪੁਰ ਰੰਗਣਾ ਵਿੱਚ ਗੁਰੂ ਘਰ ਦੇ ਦੋਖਿਆਂ ਨਾਲ ਇੱਕ ਝੜਪ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਭਾਈ ਮਦਨ ਸਿੰਘ ਉਹਨਾਂ ਨੂੰ ਸਿੱਧੇ ਨਿਹੰਗ ਖਾਂ ਦੀ ਇਸ ਹਵੇਲੀ ਵਿੱਚ ਲੈ ਕੇ ਆਏ। ਇਸ ਉਪਰੰਤ ਨਿਹੰਗ ਖਾਂ ਦੀ ਸਿਦਕਵਾਨ ਬੇਟੀ ਬੀਬੀ ਮੁਮਤਾਜ਼ ਨੇ ਜਿਸ ਤਰ੍ਹਾਂ ਨਾਲ ਆਪਣਾ ਸਿਦਕ ਅਤੇ ਪਿਤਾ ਜੀ ਦੇ ਬੋਲਾਂ ਨੂੰ ਨਿਭਾਇਆ, ਉਸ ਨੂੰ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਨਦੀਪ ਸਿੰਘ ਇਹਨਾਂ ਸ਼ਬਦਾਂ 'ਚ ਬਿਆਨ ਕਰਦੇ ਹਨ। ਜਿੱਥੇ ਆ ਕੇ ਸਤਿਗੁਰੂ ਜੀ ਨੇ ਬਚਨ ਕੀਤੋ ਨੇ ਨਿਹੰਗ ਖਾਂ ਨੂੰ ਕਿ ਸਾਡਾ ਸਿੰਘ ਹੈ, ਸਾਡਾ ਰੂਪ ਜਾਣ ਕੇ ਇਸਦੀ ਸੇਵਾ ਕਰਨੀ ਹੈ, ਤਾਂ ਉਸ ਸਮੇਂ ਨਿਹੰਗ ਖਾਂ ਨੇ ਬਹੁਤ ਪਿਆਰ ਨਾਲ ਸੇਵਾ ਕੀਤੀ ਅਤੇ ਨਾਲ ਦੱਸਿਆ ਜੇਕਰ ਸਿੰਘ ਤੰਦਰੁਸਤ ਹੋ ਜਾਵੇ ਤਾਂ ਸਾਡੇ ਪਿੱਛੇ ਭੇਜ ਦੇਣਾ, ਨਹੀਂ ਤਾਂ ਇੱਥੇ ਹੀ ਇਸਦੇ 5 ਪੁੱਤਕ ਸਰੀਰ ਦਾ ਸੰਸਕਾਰ ਕਰ ਦੇਣਾ। ਸੋ ਭਾਈ ਬਚਿੱਤਰ ਸਿੰਘ ਜੀ ਨਿਹੰਗ ਖਾਂ ਦੀ ਹਵੇਲੀ ਦੇ ਅੰਦਰ ਜਿਨ੍ਹਾਂ ਨੇ ਆਪਣਾ ਸਰੀਰ ਤਿਆਗਿਆ, ਸ਼ਹਾਦਤ ਦਾ ਜਾਮ ਪੀਤਾ, ਤਾਂ ਉੱਥੇ ਹੀ ਉਹਨਾਂ ਦਾ ਸੰਸਕਾਰ ਹੋਇਆ। ਉਹਨਾਂ ਦੀ ਪੁੱਤਰੀ ਬੀਬੀ ਮੁਮਤਾਜ਼ ਜਿਨ੍ਹਾਂ ਨੇ 130 ਸਾਲ ਉਮਰ ਹੰਢਾਈ, ਰੱਜ ਕੇ ਇੱਕ ਬਚਨ, ਪਿਤਾ ਜੀ ਦਾ ਇੱਕ ਬਚਨ ਕਮਾਇਆ। ਜਦੋਂ ਮੁਗਲ ਫੌਜਾਂ ਦੇ ਸਿਪਾਹੀ ਆ ਕੇ ਹਵੇਲੀ ਨੂੰ ਚੈੱਕ ਕਰਨ ਲੱਗੇ
ਇੱਕ ਕਮਰੇ ਦੇ ਅੰਦਰ ਬੀਬੀ ਮੁਮਤਾਜ਼ ਜੀ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕਰ ਰਹੇ ਸਨ। ਉਸ ਸਮੇਂ ਜਦੋਂ ਮੁਗਲ ਫੌਜਾਂ ਆ ਕੇ ਕਮਰਾ ਖੋਲ੍ਹਣ ਲੱਗੀਆਂ ਤਾਂ ਨਿਹੰਗ ਖਾਨ ਨੇ ਕਿਹਾ, ਇਸ ਕਮਰੇ ਨੂੰ ਨਾ ਖੋਲ੍ਹਿਓ, ਇਸ ਦੇ ਅੰਦਰ ਮੇਰਾ ਧੀ ਅਤੇ ਜਵਾਈ ਹੈ। ਜਦੋਂ ਬੀਬੀ ਮੁਮਤਾਜ਼ ਦੇ ਕੰਨਾਂ 'ਚ ਇਹ ਬੋਲ ਪਏ ਤਾਂ ਉਹਨਾਂ ਨੇ ਉਸੇ ਸਮੇਂ ਹੀ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਸਵੀਕਾਰ ਕਰ ਲਿਆ। ਬੀਬੀ ਜੀ ਨੇ ਇੱਕ ਹਫ਼ਤਾ ਭਾਈ ਸਾਹਿਬ ਦੀ ਸੇਵਾ ਕੀਤੀ। ਉਸ ਤੋਂ ਬਾਅਦ ਪਹਾੜਾਂ ਦੇ ਅੰਦਰ ਮੁਮਤਾਜ਼ਗੜ੍ਹ ਇੱਕ ਸਥਾਨ ਹੈ ਜਿੱਥੇ ਸਾਰੀ ਆਪਣੀ ਉਮਰ ਬਿਤਾਈ। ਉੱਥੋਂ ਆਉਣਾ ਭਾਈ ਸਾਹਿਬ ਜੀ ਦੇ ਸਥਾਨ ਦੇ ਉੱਤੇ ਆ ਕੇ ਸੇਵਾ ਕਰਨੀ, ਇਸ ਪਾਵਨ ਸਥਾਨ 'ਤੇ ਆ ਕੇ ਦਿਨ 'ਤੇ ਬੰਦਗੀ ਕਰਨੀ। ਭਾਈ ਬਚਿੱਤਰ ਸਿੰਘ ਦੀ ਸੇਵਾ ਸੰਭਾਲ ਵਾਲੇ ਕਮਰੇ ਦੇ ਸਾਹਮਣੇ ਇੱਕ ਛੋਟੇ ਜਿਹੇ ਨਵੇਂ ਬਣੇ ਕਮਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਜਦਕਿ ਹਵੇਲੀ ਦਾ ਬਾਕੀ ਬਚਿਆ ਹੋਇਆ ਢਾਂਚਾ ਖਸਤਾ ਹਾਲ ਵਿੱਚ ਹੈ। ਪੰਜ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀ ਚਰਨ ਛੋਹ ਪ੍ਰਾਪਤ ਇਸ ਹਵੇਲੀ ਨੂੰ ਮੂਲ ਰੂਪ ਵਿੱਚ ਸਾਂਭਿਆ ਜਾਣਾ ਬੇਹੱਦ ਜ਼ਰੂਰੀ ਹੈ। ਇਸ ਹਵੇਲੀ ਦੇ ਬਿਲਕੁਲ ਨਾਲ ਸਾਹਮਣੇ ਵਾਲੇ ਪਾਸੇ ਉਹ ਖੂਹ ਜਿਸ 'ਤੇ ਗੁਰੂ ਸਾਹਿਬਾਨ ਨੇ ਇਸ਼ਨਾਨ ਕੀਤੇ, ਉਸ ਨੂੰ ਆਧੁਨਿਕ ਦਿੱਖ ਦੇ ਕੇ ਸਾਂਭਿਆ ਗਿਆ ਹੈ। ਭਾਈ ਬਚਿੱਤਰ ਸਿੰਘ ਦੇ ਅੰਗੀਠੇ ਵਾਲੇ ਸਥਾਨ ਨੂੰ ਵੀ ਆਧੁਨਿਕ ਦਿੱਖ ਦਿੱਤੀ ਜਾ ਚੁੱਕੀ ਹੈ ਅਤੇ ਭਾਈ ਬਚਿੱਤਰ ਸਿੰਘ ਦੀ ਯਾਦ 'ਚ ਬਣਿਆ ਅਸਥਾਨ ਇਮਾਰਤ ਸਾਜੀ ਦੇ ਆਧੁਨਿਕ ਰੂਪ 'ਚ ਉਸਾਰਿਆ ਗਿਆ ਹੈ। ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਪੁਰਾਤਨ ਹਵੇਲੀ ਬਾਰੇ ਬਹੁਤੀ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਸੰਗਤਾਂ ਉੱਧਰੋਂ ਹੀ ਸਿਰ ਨਵਾ ਕੇ ਵਾਪਸ ਚਲੀਆਂ ਜਾਂਦੀਆਂ ਹਨ। ਕਿੰਨਾ ਚੰਗਾ ਹੋਵੇ ਜੇ ਪੁਰਾਤਨ ਹਵੇਲੀ ਬਾਰੇ ਵੀ ਇੱਥੇ ਜਾਣਕਾਰੀ ਦੇ ਦਿੱਤੀ ਜਾਵੇ।